ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਅੱਜ ਦਿਨ ਵਲੋਗ ਦੇ ਵਿੱਚ। ਪਿਆਰੇ ਵੀਰੋ, ਆਪਾਂ ਅੱਜ ਜਾ ਰਹੇ ਹਾਂ ਡਿੰਦਰਾਂ ਕੋਲ, ਪਹਿਲਾਂ ਆਪਾਂ ਜਾਣਾ ਸੈਂਟਪੁਰੇ, ਫਿਰ ਆਪਾਂ ਜਾਵਾਂਗੇ ਸਾਉਂਡੇ, ਫਿਰ ਇੱਧਰੋਂ ਆਪਾਂ ਜਿੱਤੂਪੁਰ ਨੂੰ ਆਉਂਦੇ ਹੋਏ ਆਪਣਾ ਗਾਹਾਂ ਸਿੰਪੜੋ ਭੋਲਾ ਡਿੰਦਰਾ, ਅਤੇ ਇੱਧਰੋਂ ਆਪਾਂ ਸੋਹਣੇ ਚੌਂਕ ਨੂੰ ਹੁੰਦੇ ਹੋਏ ਆਪਣੇ ਕਈ ਕੰਮ ਕਰਨੇ ਨੇ। ਆਪਾਂ ਤੁਹਾਨੂੰ ਅੱਜ ਦੇ ਸਾਰੇ ਵਲੋਗ ਦੇ ਵਿੱਚ ਦਿਖਾਵਾਂਗੇ ਆਪਾਂ ਕਿੱਥੇ ਕਿੱਥੇ ਜਾਣਾ, ਬਾਕੀ ਤੁਸੀਂ ਬਣੇ ਰਹੋ ਆਪਣੇ ਵਲੋਗ ਦੇ ਨਾਲ। ਹਾਂਜੀ ਵੀਰੋ, ਆਪਾਂ ਪਹੁੰਚ ਚੁੱਕੇ ਹਾਂ ਸੈਨਪੁਰੇ, ਉਰੇ ਮੈਂ ਤੁਹਾਨੂੰ ਬੈਕ ਕੈਮਰੇ ਗੱਲ ਦਿਖਾਉਣਾ ਹੈ ਵੀਰਾਂ ਕੋਲ ਜਿਹੜੇ ਜਿਹੜੇ ਟਰੈਕਟਰ ਆਏ ਹੋਏ ਨੇ ਨਵੇਂ। ਹਾਂਜੀ ਵੀਰੋ, ਜਿਹੜੇ ਟਰੈਕਟਰ ਚੇਂਜ ਹੋ ਕੇ ਆਏ ਨੇ ਬਾਈਆਂ ਕੋਲ, ਇੱਕ ਆਹ ਆਇਆ ਸੋਨ ਵਾਲੀ, ਇੱਕ DJI 60 RX, ਇੱਧਰ ਅਰਜਨ ਖੜ੍ਹਾ ਆਪਣਾ 57 HP ਵਾਲਾ 555 DI ਪਾਵਰ ਪਲੱਸ, ਅਤੇ ਇੱਕ ਉਹ ਆਇਆ ਪ੍ਰੀਤ 60-53 ਫੁੱਟ ਲੱਗੀ ਹੋਈ ਹੈ। ਬਾਕੀ ਟਰੈਕਟਰ ਕਿਰਾਏ 'ਤੇ ਗਏ ਹੋਏ ਨੇ, ਜਦ ਆਉਣਗੇ ਆਪਾਂ ਕੁਛ ਉੱਧਰ ਖੜ੍ਹੇ ਨੇ। ਹਾਂਜੀ, 2-3 ਦਿਨ ਉਹਨਾਂ ਟਰੈਕਟਰ ਚੇਂਜ ਹੋਏ ਨੇ, ਬਾਕੀ ਵੀਰ ਨੂੰ ਕਹਿੰਦੇ ਵੀ ਕਿਰਾਏ 'ਤੇ ਗਏ ਹੋਏ ਟਰੈਕਟਰ, 10-15 ਦਿਨ ਤੱਕ ਆ ਜਾਣਗੇ। ਬਾਕੀ ਇਹਨਾਂ ਦੀ ਆਪਣੇ ਚੈਨਲ 'ਤੇ ਲੌਂਗ ਵੀਡੀਓ ਆਊਗੀ ਸ਼ਾਮ ਨੂੰ 6 ਵਜੇ, ਆਪਣਾ ਇੱਕ ਅੱਧੇ ਦਿਨ ਦੇ ਵਿੱਚ ਕਦੇ ਵੀ ਆ ਸਕਦੀ ਹੈ 2 ਦਿਨ ਤੱਕ। ਉਹਦੇ ਵਿੱਚ ਆਪਾਂ ਇਹਨਾਂ ਦੇ ਰੇਟ, ਮਾਡਲ ਅਤੇ ਕੰਡੀਸ਼ਨ ਦੀ ਸਾਰੀ ਜਾਣਕਾਰੀ ਦੇਵਾਂਗੇ। ਬਾਕੀ ਹੁਣ ਆਪਾਂ ਚੱਲਦੇ ਹਾਂ ਗਾਹਾਂ, ਤੁਸੀਂ ਆਪਣੇ ਬਲੌਗ ਦੇ ਨਾਲ ਬਣੇ ਰਹੋ। ਹਾਂਜੀ ਵੀਰੋ, ਆਪਾਂ ਹੁਸੈਨਪੁਰੇ ਤੋਂ ਇੱਧਰ ਨੂੰ ਆ ਚੁੱਕੇ, ਆਪਾਂ ਚੱਲੇ ਹਾਂ ਸੋਹਣੇ ਚੌਂਕ ਵੱਲ। ਆਪਾਂ ਨੇ ਇੱਕ ਵਾਸ਼ਿੰਗ ਮਸ਼ੀਨ ਦੀ ਰਬੜ ਜੀ ਲੈਣੀ ਹੈ, ਆਪਾਂ ਨੇ ਪੈਟਰੋਲ ਪਹਿਲਾਂ ਪਾਲਦਾ ਆਪਣੇ ਪਿੱਛੇ ਪਹਿਲਾਂ ਪਿੱਛੇ ਪੰਪ 'ਤੇ, ਉਰੇ ਆਪਾਂ ਵਾਟਰ ਕੂਲਰ 'ਤੇ ਪਾਣੀ ਤਿਆਰ ਕਰੀ, ਪਾਣੀ ਰੁਕਦੇ ਹਾਂ। ਹੁਣ ਆਪਾਂ ਚੱਲਾਂਗੇ ਸੋਹਣੇ ਚੌਂਕ, ਤੁਹਾਨੂੰ ਦਿਖਾਵਾਂਗੇ ਆਪਾਂ ਤੁਸੀਂ ਦੁਕਾਨਾਂ ਦੁਕਾਨਾਂ, ਨਾਲੇ ਆਪਾਂ ਰਬੜ ਲੈਣੀ ਹੈ, ਅਤੇ ਉਦੋਂ ਬਾਅਦ ਆਪਾਂ ਚੱਲਾਂਗੇ ਵਿਚਾਰੇ ਟਰੈਕਟਰ ਕਬਾੜੀ ਮਾਰਕੀਟ, ਉੱਥੇ ਆਪਾਂ ਬਣਾਵਾਂਗੇ ਵੀਡੀਓ, ਤੁਸੀਂ ਬਣੇ ਰਹੋ ਬਲੌਗ ਨਾਲ, ਆਪਾਂ ਚੱਲਦੇ ਹਾਂ ਤੁਹਾਨੂੰ ਲੈ ਕੇ। ਹਾਂਜੀ ਵੀਰੋ, ਆਪਾਂ ਤੁਹਾਨੂੰ ਪਤਾ ਆਪਣੇ ਬਲੌਗ ਦੇ ਵਿੱਚ ਹੁਣ ਆਪਾਂ ਪਹੁੰਚੇ ਕਬਾੜੀ ਮਾਰਕੀਟ, ਅਤੇ ਹੋਰ ਰਿਪਰ ਟਾਇਰ ਦੇਖੋ ਕਿੱਡੇ ਕਿੱਡੇ ਨੇ। ਬਾਕੀ ਆਪਾਂ ਆਪਣੇ ਚੈਨਲ 'ਤੇ ਕੁੱਕੂ ਟਰੈਕਟਰਸ ਦੀਆਂ ਆਪਾਂ ਨੇ ਵੀਡੀਓ ਸ਼ੂਟ ਕਰ ਲਈਆਂ, ਸ਼ਾਮ ਨੂੰ 6 ਵਜੇ ਆਪਣੇ ਚੈਨਲ 'ਤੇ ਵੀਡੀਓ ਆਉਣਗੀਆਂ। ਅੱਗੇ ਪਾਣੀ ਵਾਲੇ ਆ ਨੇ, ਅੱਗੇ ਪਾਣ ਵਾਲੇ ਕਿਹੜੇ ਆ ਮੂਰਲੇ ਆ ਭੈਣ ਚੋਦਾ, ਐਡਾ ਪੈਕੇਟ ਟਾਇਰ ਟਰੈਕਟਰ ਨੂੰ ਆਇਆ ਹੋ ਜੂ, ਕਿਉਂ ਹੋ ਜੂ। ਹਾਂਜੀ ਵੀਰੋ, ਤੁਹਾਨੂੰ ਪਤਾ ਵੀ ਕੱਲ੍ਹ ਆਪਾਂ ਬਲੌਗ ਆਪਣਾ ਸਟਾਰਟ ਕਰਿਆ ਤਾ, ਪਹਿਲਾਂ ਆਪਾਂ ਹੁਸੈਨਪੁਰੇ ਗਏ, ਫਿਰ ਆਪਾਂ ਤੁਹਾਨੂੰ
ਦਿਖਾਇਆ ਤਾ ਵੀ ਆਪਾਂ ਪਟਿਆਲੇ ਕਬਾੜੀ ਮਾਰਕੀਟ, ਨਾਲ ਆਪਾਂ ਟਾਇਰਾਂ ਵਾਲੀ ਦੁਕਾਨ ਦਿਖਾਈ, ਨਾਲ ਆਪਾਂ ਕੋਕੋ ਦੇ ਵੀਡੀਓ ਸ਼ੂਟ ਕਰੀ ਜਾਂਦੀਆਂ ਜਿਹੜੀਆਂ ਆਪਣੇ ਚੈਨਲ 'ਤੇ ਆਉਣਗੀਆਂ। ਕੱਲ੍ਹ ਆਪਾਂ ਆਪਣਾ ਬਲੌਗ ਕੰਪਲੀਟ ਨਹੀਂ ਕਰ ਸਕੇ, ਅੱਜ ਦੂਜਾ ਦਿਨ ਆ ਗਿਆ। ਆਪਾਂ ਆਏ ਤਾਂ ਆਪਣੇ ਖੇਤਾਂ ਦੇ ਵਿੱਚ, ਅਗਰ ਦੇ ਪਿੱਛੇ ਦੇਖੋ ਭਰਿੰਡੀਆਂ ਲਾ ਰਿਹਾ ਅਤੇ ਮੈਂ ਪਾ ਰਿਹਾ ਇੱਧਰ ਪਾਣੀ। ਕੱਲ੍ਹ ਆਪਣਾ ਹੋਇਆ ਨਹੀਂ ਬਲੌਗ ਕੰਪਲੀਟ, ਆਪਾਂ ਕਿਹਾ ਚੱਲ ਆਪਣਾ ਬਲੌਗ ਅੱਜ ਆਪਾਂ ਕੰਪਲੀਟ ਕਰ ਦਈਏ। ਬਾਕੀ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗਿਆ ਆਪਣਾ ਬਲੌਗ। ਜੇਕਰ ਬਲੌਗ ਚੰਗਾ ਲੱਗਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਬਟਨ ਦਬਾ ਕੇ ਆਲ ਦੇ ਬਟਨ ਕਰ ਲਿਓ ਪ੍ਰੈਸ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ। ਧੰਨਵਾਦ ਜੀ।